ਤਾਂ ਖੂਨ ਸਾਹਿਬ ਨੇ ਆਖਿਆ ਜੋ ਜੀ ਹਿੰਦੂ ਆਖਦੇ ਹਨ ਜੋ ਪਰਮੇਸ਼ਵਰ ਹੈ ਤੇ ਮੁਸਲਮਾਨ ਆਖਦੇ ਹਨ ਮੁਸਲਮਾਨ ਆਖਦੇ ਹਨ ਜੋ ਖੁਦਾ ਹੈ ਇਹ ਗੱਲ ਕਿਸ ਤਰ੍ਹਾਂ ਹੈ ਜੀ ਕਿ ਪਰਮੇਸ਼ਵਰ ਵੱਖਰਾ ਹੈ ਤੇ ਖੁਦਾ ਵੱਖਰਾ ਹੈ ਯਾ ਇੱਕਾ ਹੈ ਮਨ ਇਹ ਗੱਲ ਜਿਸ ਤਰ੍ਹਾਂ ਹੈ ਜੀ ਦੱਸੋ ਜੀ ਤਾਂ ਸ੍ਰੀ ਸਤਿਗੁਰੂ ਜੀ ਨੇ ਆਖਿਆ ਜੋ ਪੀਰ ਜੀ ਸ੍ਰੀ ਦਰਬਾਰ ਸਾਹਿਬ ਵਿੱਚ ਲਿਖਿਆ ਹੈ ਸਲੋਕ ਪ੍ਰੀਤ ਜੀ ਕੇ ਪਰੀਦਾ ਗਲੀ ਹੈ ਚਿੱਕੜ ਦੂਰ ਕਰ ਨਾਲ ਪਿਆਰੇ ਨੇ ਹੋ ਚਲਾ ਤਾਂ ਭੇਜੈ ਕੰਬਲੀ ਰਾਹਤ ਟੁੱਟੇ ਨੇ ਹੋ ਭੇਜੋ ਸਿਜੋ ਕੰਬਲੀ ਆਇਆ ਵਰਸਿਓ ਮੇਰੋ ਜਾਏ ਮਿਲਾ ਤਿਨ ਸਜਣਾ ਟੁੱਟੋ ਨਾਏ ਸੋ ਹੁਣ ਫਰੀਦ ਸਾਹਿਬ ਜੀ ਮੁਸਲਮਾਨ ਹੋਏ ਹਵਨ ਤੇ ਆਖਦੇ ਹਵਨ ਜੋ ਮਾਣ ਹੰਗਤਾ ਤੇ ਮੋਹ ਰੂਪੀ ਚਿੱਕੜ ਵਿੱਚ ਜੀਵ ਫਸਿਆ ਹੋਇਆ ਹੈ ਤੇ ਉਸ ਸੱਚੇ ਖੁਦਾ ਦਾ ਘਰ ਬਹੁਤ ਦੂਰ ਹੈ ਸੋ ਇਸ ਚਿੱਕੜ ਵਿੱਚ ਫਸਿਆ ਹੋਇਆ ਜੀਵ ਕਿਸ ਤਰ੍ਹਾਂ ਖੁਦਾ ਦੇ ਘਰ ਵਿੱਚ ਪਹੁੰਚੇ ਹੁਣ ਫਰੀਦ ਜੀ ਆਖਦੇ ਹਨ ਜੋ ਸੱਚੇ ਖੁਦਾ ਦੇ ਰਾਹ ਤੇ ਚੱਲਦੇ ਹਾਂ ਤਾਂ ਸਰੀਰ ਨੂੰ ਵੀ ਚੋਲਾ ਸਿੱਝਦਾ ਹੈ ਕਿਉਂ ਜੋ ਮਾਣ ਨੂੰ ਛੋੜ ਕਰ ਨਿਮਾਣਾ ਹੋਣਾ ਪੈਂਦਾ ਹੈ ਹੰਕਾਰ ਨੂੰ ਛੋੜ ਕਰ ਗਰੀਬੀ ਧਾਰਨ ਕਰਨੀ ਪੈਂਦੀ ਹੈ ਤੇ ਜਿਹੜਾ ਮੋਹ ਸੰਸਾਰੀ ਪਦਾਰਥਾਂ ਨਾਲ ਲੱਗਾ ਹੋਇਆ ਹੈ ਉਹ ਖੁਦਾ ਨਾਲ ਲਾਣਾ ਪੈਂਦਾ ਹੈ ਸੋ ਇਸੀ ਤਰ੍ਹਾਂ ਫਰੀਦ ਸਾਹਿਬ ਜੀ ਅੱਗੇ ਚੱਲ ਕੇ ਆਖਦੇ ਹਨ ਜੋ ਜਿਹੜਾ ਪਿਆਰ ਅਸੀਂ ਰੱਬ ਨਾਲ ਲਾ ਚੁੱਕੇ ਹਾਂ ਜੇਕਰ ਮਾਣ ਹੰਤਾ ਤੇ ਮੋਹ ਵਾਲੇ ਚਿੱਕੜ ਕੋਲੋਂ ਡਰਦੇ ਹਾਂ ਤਾਂ ਉੱਧਰ ਦਾ ਪਿਆਰ ਟੁੱਟਦਾ ਹੈ ਉਹ ਜਾਣੇ ਅਗਰ ਲੋਕੀ ਨਿੰਦਿਆ ਕਰਨ ਚਾਹੇ ਮੰਦਾ ਆਖਣ ਮਾਣ ਰਵੇ ਜਾਂ ਨਾ ਰਵੇ ਹੁਣ ਯਾਰ ਖੁਦਾ ਨੇ ਵੀ ਵਸਾਇਆ ਹੈ ਆਪਣੀ ਬਖਸ਼ਿਸ਼ ਭੇਜੀ ਹੈ ਬਸ ਤਾਂ ਤੂੰ ਸੰਸਾਰੀ ਪਦਾਰਥਾਂ ਦੀ ਪਰਵਾਹ ਨਾ ਕਰ ਤੇ ਪਿਆਰ ਦੀ ਪ੍ਰੀਤ ਨਾ ਛੋੜ ਹੁਣ ਛੇਕਣ ਲਈ ਦੁੱਖ ਵਿੱਚ ਪ੍ਰੀਤ ਸਾਹਿਬ ਜੀ ਆਖਦੇ ਅਮਨ ਜੋ ਤੂੰ ਉਹਨਾਂ ਸੱਜਣ ਪੁਰਖਾਂ ਮੁਰਸ਼ਦਾਂ ਨੂੰ ਜਾਇ ਕਰ ਮਿਲ ਜੋ ਤੈਨੂੰ ਰਸਤਾ ਦੱਸਦੇ ਹਨ ਜੋ ਪਿਆਰੇ ਦੀ ਪ੍ਰੀਤ ਇਸ ਤਰ੍ਹਾਂ ਨਹੀਂ ਟੁੱਟਦੀ ਸੋ ਪ੍ਰੀਤ ਸਾਹਿਬ ਜੀ ਮੁਸਲਮਾਨ ਹੋਏ ਹਨ ਤੇ ਉਹਨਾਂ ਆਪਣੇ ਸਲੋਕ ਵਿੱਚ ਦੱਸਿਆ ਹੈ ਜੋ ਅੱਲੋ ਅਰਸਿਓ ਮੇਹੋ ਅੱਲਾ ਦਾ ਨਾਮ ਲਿੱਤਾ ਹੈ ਸੋ ਸ੍ਰੀ ਸਤਿਗੁਰ ਅਰਜਨ ਦੇਵ ਜੀ ਅੱਲਾ ਦਾ ਰਾਮ ਨੂੰ ਵੱਖਰਾ ਜਾਣਦੇ ਤਾਂ ਫਰੀਦ ਸਾਹਿਬ ਜੀ ਦਾ ਸਲੋਕ
ਕਦੇ ਵੀ ਸ੍ਰੀ ਦਰਬਾਰ ਸਾਹਿਬ ਜੀ ਵਿੱਚ ਨਾ ਚੜ੍ਹਦੇ। ਸੋ ਕੋਈ ਖੁਦਾ ਆਖਦਾ ਹੈ, ਕੋਈ ਰਾਮ ਆਖਦਾ ਹੈ, ਪਰ ਵਾਸਤਵ ਵਿੱਚ ਕੋਈ ਕਾ ਹੈ। ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਹੈ। ਸ੍ਰੀ ਦਰਬਾਰ ਸਾਹਿਬ ਜੀ ਵਿੱਚ ਇੱਕ ਸ਼ਬਦ ਆਇਆ ਹੈ, ਪ੍ਰਵਾਸੀ ਕਬੀਰ ਜੀ ਹੋਏ ਕਿਉਂ ਕਾਰ ਸਤਿਗੁਰ ਪ੍ਰਸਾਦ, ਅਵਲ ਅਲੈਨ ਹੋਏ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਲੋਗਾ ਪਰਮ ਨ ਭੁੱਲੋ ਪਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਰਬ ਠਾਈ ਰਹੋ। ਮਾਟੀ ਏਕ ਅਨੇਕ ਪਾਂਤ ਕਰ, ਸਾਜੀ ਸਾਜਨ ਆਰੈ, ਨਾ ਕਛ ਪੋਚ ਮਾਟੀ ਕੇ ਪਾਂਡੇ, ਨਾ ਕਿਛ ਪੋਚ ਕੁਮਾਰੇ, ਸਭ ਮੇ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ, ਹੁਕਮ ਪਛਾਣੇ ਸੋ ਏਕੋ ਜਾਣੇ, ਬੰਦਾ ਕਹੀਏ ਸੋਈ। ਅਲੋ ਅਲਕ ਨ ਜਾਈ ਲਖਿਆ, ਗੁਣ ਗੁਣ ਦੀਨਾ ਮਿੱਠਾ, ਕੈਟ ਵੀਰ ਮੇਰੀ ਸੰਕਾ ਨਾਸੀ, ਸਰਵ ਨਿਰੰਜਨ ਡੀਠਾ। ਹੁਣ ਤੁਸੀਂ ਵਿਚਾਰੋ, ਜੋ ਸਾਡੇ ਲਿਖੇ ਮੁਜਬ ਤਾਂ ਇੱਕਾ ਚੀਜ਼ ਹੈ, ਦੂਜਾ ਕੋਈ ਨਹੀਂ, ਤਾਂ ਖੂਨ ਸਾਹਿਬ ਸੁਣ ਕੇ ਹੋਰ ਖੁਸ਼ ਹੋਇਆ ਤੇ ਆਖਣ ਲੱਗਾ, ਜੋ ਮੈਂ ਸੱਚ ਦੀ ਭਾਲ ਵਿੱਚ ਐਸਾ, ਸੋ ਸੱਚ ਮੈਨੂੰ ਮਿਲ ਗਿਆ ਹੈ। ਹੁਣ ਤੁਸੀਂ ਵਿਚਾਰੋ, ਜੋ ਸਾਡੇ ਲਿਖੇ ਮੁਜਬ ਤਾਂ ਠਿੱਕਾ ਚੀਜ਼ ਹੈ, ਦੂਜਾ ਕੋਈ ਨਹੀਂ, ਤਾਂ ਖੂਨ ਸਾਹਿਬ ਸੁਣ ਕੇ ਬਹੁਤ ਖੁਸ਼ ਆਇਆ ਤੇ ਆਖਣ ਲੱਗਾ, ਜੋ ਮੈਂ ਸੱਚ ਦੀ ਭਾਲ ਵਿੱਚ ਐਸਾ, ਸੋ ਸੱਚ ਮੈਨੂੰ ਮਿਲ ਗਿਆ ਹੈ। ਤਾਂ ਖੂਨ ਸਾਹਿਬ ਫੇਰ ਆਖਿਆ, ਜੋ ਜੀ ਹੀ ਕਰਜ ਹੈ ਜੀ। ਤਾਂ ਸ੍ਰੀ ਸਤਿਗੁਰ ਬਾਲਕ ਸਿੰਘ ਜੀ ਨੇ ਆਖਿਆ, ਆਖੋ ਪੀਰ ਜੀ, ਬੇਸ਼ੱਕ ਆਖੋ। ਤਾਂ ਖੂਨ ਸਾਹਿਬ ਨੇ ਆਖਿਆ, ਜੋ ਮੈਂ ਸੁਣਿਆ ਹੈ, ਜੋ ਜਿਹੜੇ ਤੂੰ ਸਾਡੇ ਕੋਲੋਂ ਭਜਨ ਲੈਂਦੇ ਆਵਨ, ਉਹ ਚੀਕਾਂ ਮਾਰਨ ਲੱਗ ਪੈਂਦੇ ਆਵਨ, ਇਹ ਗੱਲ ਕਿਸ ਤਰ੍ਹਾਂ ਹੈ ਜੀ? ਤਾਂ ਸ੍ਰੀ ਸਤਿਗੁਰੂ ਜੀ ਆਖਿਆ, ਜੋ ਜਿਹੜੇ ਖੁਦਾ ਦਾ ਨਾਮ ਲੈਂਦੇ ਆਵਨ, ਉਹਨਾਂ ਨੂੰ ਆਪਣੇ ਗੁਨਾਹ ਦਾ ਪਤਾ ਲੱਗ ਜਾਂਦਾ ਹੈ ਤੇ ਪਛਤਾਵਾ ਕਰਦੇ ਆਵਨ, ਰੋ ਰੋ ਕੇ ਚੀਕਾਂ ਮਾਰਦੇ ਆਵਨ। ਜੋ ਅਸਾਂ ਪਿੱਛੇ ਮਨੁੱਖਾ ਜਨਮ ਖੁਦਾ ਦੇ ਨਾਮ ਬਿਨਾਂ ਐਵੇਂ ਗਵਾਈ ਛੋੜਿਆ ਹੈ, ਉਹ ਇਸ ਲਈ ਚੀਕਾਂ ਮਾਰਦੇ ਆਵਨ। ਇਹ ਗੱਲ ਸੁਣ ਕੇ ਅਖੂਨ ਸਾਹਿਬ ਦੇ ਅੱਥਰੂ ਵੀ ਵਗ ਤੁਰੇ ਤੇ ਫੇਰ ਅਰਜ਼ ਕੀਤੀ, ਜੋ ਜੀ ਆਪ ਮਿਹਰਬਾਨੀ ਕਰਕੇ ਮੇਰੀ ਹੀ ਗੱਲ ਵੱਖਰੀ ਸੁਣੋ ਜੀ। ਤਾਂ ਸ੍ਰੀ ਸਤਿਗੁਰ ਬਾਲਕ ਸਿੰਘ ਜੀ ਤੇ ਅਖੂਨ ਸਾਹਿਬ ਇੱਕ ਪਾਸੇ ਵੱਲ ਹੋ ਗਏ
ਤਾਂ ਸਾਹਿਬ ਨੇ ਆਖਿਆ ਜੋ ਮੈਨੂੰ ਵੀ ਭਜਨ ਦੇਵੋ ਜੀ। ਤਾਂ ਸ੍ਰੀ ਸਤਿਗੁਰੂ ਜੀ ਨੇ ਆਖਿਆ ਤੁਸੀਂ ਲੱਖਾਂ ਆਦਮੀਆਂ ਦੇ ਪੀਰ, ਹਿੰਦੂ ਮੁਸਲਮਾਨ ਤੁਸਾਂ ਨੂੰ ਮੰਨਦੇ ਐਵਨ, ਤੁਸੀਂ ਸ਼ਰੇ ਦੇ ਪਾਬੰਦ ਐਵੋ, ਅਸੀਂ ਤੁਸਾਂ ਨੂੰ ਭਜਨ ਕਿਸ ਤਰ੍ਹਾਂ ਦੇਵੀਏ। ਤਾਂ ਕੌਣ ਸਾਹਿਬ ਨੇ ਆਖਿਆ ਜੋ ਇਸ ਵਿੱਚ ਸ਼ੱਕ ਨਹੀਂ, ਜੋ ਲੱਖਾਂ ਮੇਰੇ ਮੁਰੀਦ ਐਵਨ ਤੇ ਮੈਂ ਸ਼ਰੇ ਦਾ ਵੀ ਪਾਬੰਦ ਐਵਾਂ, ਪਰ ਹੁਣ ਮੈਂ ਤੁਸਾਂ ਨੂੰ ਵੀ ਨਹੀਂ ਛੋੜ ਸਕਦਾ, ਚਾਹੇ ਮੈਨੂੰ ਤੇਰੇ ਦੁਆਰੇ ਤੇ ਜਾਨ ਦੇਣੀ ਪਵੇ, ਮੈਂ ਹੁਣ ਖਾਲੀ ਨਹੀਂ ਜਾਂਦਾ। ਖੂਨ ਸਾਹਿਬ ਨੇ ਆਖਿਆ ਜੋ ਜੀ ਇਸ ਵਿੱਚ ਸ਼ੱਕ ਨਹੀਂ, ਜੋ ਲੱਖਾਂ ਮੇਰੇ ਮੁਰੀਦ ਐਵਨ ਤੇ ਮੈਂ ਸ਼ਰੇ ਦਾ ਵੀ ਪਾਬੰਦ ਐਵਾਂ, ਪਰ ਹੁਣ ਮੈਂ ਤੁਸਾਂ ਨੂੰ ਵੀ ਨਹੀਂ ਛੋੜ ਸਕਦਾ, ਚਾਹੇ ਮੈਨੂੰ ਤੇਰੇ ਦੁਆਰੇ ਤੇ ਜਾਨ ਦੇਣੀ ਪਵੇ, ਮੈਂ ਹੁਣ ਖਾਲੀ ਨਹੀਂ ਜਾਂਦਾ। ਮੈਂ ਇਸ ਵੇਲੇ ਤੇਰੇ ਦੁਆਰੇ ਤੇ ਮੰਗਦਾ ਹਾਂ, ਫਕੀਰ ਹਾਂ, ਖੈਰ ਪਾ। ਇਸ ਤਰ੍ਹਾਂ ਦੀ ਨਿਮਰਤਾ ਖੂਨ ਸਾਹਿਬ ਦੀ ਵੇਖ ਕਰ ਸ੍ਰੀ ਸਤਿਗੁਰੂ ਜੀ ਮੇਰ ਦੇ ਘਰ ਵਿੱਚ ਆਏ ਤੇ ਆਖਣ ਲੱਗੇ, ਪੀਰ ਜੀ ਅਸੀਂ ਤੁਸਾਂ ਨੂੰ ਭਜਨ ਦਿੰਦੇ ਹਾਂ, ਪਰ ਛਪਾ ਕੇ ਰੱਖਣਾ ਉਹ ਸੀ, ਕਿਉਂਕਿ ਸ਼ਰਈ ਲੋਕ ਡਾਢੇ ਰਹਿਣ। ਤਾਂ ਖੂਨ ਸਾਹਿਬ ਨੇ ਆਖਿਆ ਜੋ ਮੈਨੂੰ ਪੀਰ ਨਾ ਆਖੋ, ਮੈਨੂੰ ਆਪਣਾ ਚਾਕਰ ਜਾਣੋ, ਤੇ ਬਾਕੀ ਮੈਂ ਤੁਹਾਡਾ ਹੁਕਮ ਨਹੀਂ ਮੋੜਦਾ, ਛਪਾ ਕੇ ਰੱਖਾਂ ਤੇ ਬਾਹਰੋਂ ਉਸੇ ਤਰ੍ਹਾਂ ਮੁਸਲਮਾਨਾਂ ਵਿੱਚ ਮਿਲ ਕੇ ਰਹਿਸਾਂ। ਤਾਂ ਸ੍ਰੀ ਸਤਿਗੁਰ ਬਾਲਕ ਸਿੰਘ ਜੀ ਨੇ ਅਖੂਨ ਸਾਹਿਬ ਨੂੰ ਭਜਨ ਦਿੱਤਾ। ਤਾਂ ਅਖੂਨ ਸਾਹਿਬ ਸਲਾਮ ਕਰਕੇ ਆਪਣੇ ਮੁਰੀਦਾਂ ਸਮੇਤ ਆਪਣੇ ਘਰ ਨੂੰ ਚਲਾ ਗਿਆ। ਜਾਂ ਕੋਈ ਦਿਨ ਗੁਜ਼ਰੇ ਤਾਂ ਭਾਈ ਸੁੰਦਰ ਸਿੰਘ ਮਰਦਾਨ ਦੇ ਪ੍ਰਗਟੇ ਵਾਲਾ, ਮਰਦਾਨ ਦੇ ਪ੍ਰਗਟੇ ਵਾਲਾ ਅਖੂਨ ਸਾਹਿਬ ਦੇ ਦੀਦਾਰ ਨੂੰ ਆਇਆ। ਸੋ ਅੱਗੇ ਅਖੂਨ ਸਾਹਿਬ ਬੈਠੇ ਹੈ ਸਨ ਤਾਂ ਭਾਈ ਸੁੰਦਰ ਸਿੰਘ ਨੇ ਆਣ ਸਲਾਮ ਆਖੀ ਤੇ ਅਖੂਨ ਸਾਹਿਬ ਦੇ ਪੈਰਾਂ ਨੂੰ ਹੱਥ ਲਾਏ। ਤਾਂ ਅਖੂਨ ਸਾਹਿਬ ਨੇ ਆਖਿਆ ਜੋ ਭਾਈ ਕਿਉਂ ਆਇਆ ਹੈ ਤੇ ਕਿਹੜੇ ਪਾਸਿਓਂ ਆਇਆ ਹੈ? ਤਾਂ ਭਾਈ ਸੁੰਦਰ ਸਿੰਘ ਨੇ ਆਖਿਆ ਜੋ ਜੀ ਮੈਂ ਮਰਦਾਨ ਵੱਲੋਂ ਆਇਆ ਹਾਂ ਤੇ ਤੁਸਾਂ ਨੂੰ ਪੀਰ ਕਰਨ ਲਈ ਆਇਆ ਹਾਂ। ਤਾਂ ਖੂਨ ਸਾਹਿਬ ਨੇ ਆਖਿਆ ਜੋ ਭਾਈ ਤੇਰਾ ਨਾਮ ਕੀ ਹੈ? ਤਾਂ ਉਸ ਆਖਿਆ ਜੀ ਮੇਰਾ ਨਾਮ ਸੁੰਦਰ ਸਿੰਘ ਹੈ। ਤਾਂ ਖੂਨ ਸਾਹਿਬ ਨੇ ਆਖਿਆ ਜੋ ਤੂੰ ਮੈਨੂੰ ਪੀਰ ਕਿਉਂ ਧਾਰਦਾ ਹੈ? ਤਾਂ ਭਾਈ ਸੁੰਦਰ ਸਿੰਘ ਜੀ ਆਖਿਆ ਜੋ ਮੈਂ ਇਸ ਲਈ ਤੁਸਾਂ ਨੂੰ ਪੀਰ ਧਾਰਦਾ ਹਾਂ ਜੋ ਤੂੰ ਮੇਰਾ ਖੁਦਾ ਦੀ ਦਰਗਾਹ ਵਿੱਚ ਸਾਥੀ ਹੋਵੇ ਤੇ ਜਿਹੜੇ ਮੈਂ ਗੁਨਾਹ ਕੀਤੇ ਹੋਏ ਐਵਨ ਉਹ ਖੁਦਾ ਕੋਲੋਂ ਬਖਸ਼ਵਾ ਦੇਵੇ। ਤਾਂ ਖੂਨ ਸਾਹਿਬ ਇਹ ਗੱਲ ਸੁਣ ਕੇ ਕੁਛ ਚਿਰ ਲਈ ਤਾਜੁਬ ਕਰ ਰਿਹਾ ਤੇ ਫੇਰ ਆਖਿਆ ਜੋ ਭਾਈ ਜੇਕਰ ਤੂੰ ਕੋਈ ਦੁਨੀਆ ਦੇ ਸੁੱਖ ਮੰਗੇ ਤਾਂ ਮੈਂ ਤੈਨੂੰ ਖੁਦਾਏ ਪਾਸੋਂ ਲੈ ਦੇਵਾਂ, ਪਰ ਜਿਹੜੀ ਗੱਲ ਤੁਧ ਮੰਗੀ ਹੈ
जो दरगाह विच मेरे गुना खुदा कोलो बख्शवा देवे सो इस गल दा तां मैनू अपना भी पता नहीं जो मेरे गुनाह भी दरगाह विच खुदा बख्शदा है कि नहीं तां तेरे मैं किस तरह बख्शवा देवां क्योंकि ओ बड़ा बेपरवाह है। ता भाई सुंदर सिंह ने आख्या जो होर जो इतनी खलकत आउंदी है ता उना दिया भी मुरादा पूरिया कर दे हो ता खून साहिब आख्या सुंदर सिंगा जितनी खलकत आउंदी है दुनियावी सुखा दी मांग मंगदी है सोडिया दी मेहरबानी नाल खुदाए उना दी मांग पूरी करदा है जेड़ी मांग तुद मंगी है आज तीकन होर किसे नहीं मंगी। तब भाई सुंदर सिंह ने आख्या जो जी होर ता खुदाए दे दिते हुए सुख मौजूद है मन जी होर किसी चीज दी लोड़ नहीं। मैं वड़ा भागी हां जो मैं जिथे जांदा मेरी मुराद पूरी नहीं होंदी हुण मैं तो साडे दरवाजे तो भी निराशा ही जा रहा हां। ता भाई सुंदर सिंह ने भाई सुंदर सिंह दे अथरू वग पे ता खून साहिब ने वेख्या जो ए ता सच्चे दी ढूंड वाला है ते सच दी भाल विच है होवे ता इस नूं सच्चे सतगुर बालक सिंह जी दा पता दस देवां जो अपना जन्म मरण सुफला कर लवे। पर की करां सामने सारी मुसलमानी बैठी है जेकर मैं इस नूं दस पांदा हां ता सारे मेरे गले पै जासन ते शरई लोग खैवन होए ता इसनू वखरा करके पता देवां। ता खून साहिब ने भाई सुंदर सिंह नू वखरा करके आख्या भाई सुंदर सिंह तू दिल विच निराश ना हो तू वजरो साहब चला जा उत्थे जागदी जो सच्चा सतगुरु बालक सिंह जी बैठा है जेड़े इत्थे दे भी ते दरगाह दे भी मालक हैवन तू उना कोल चला जा ते उना कोलो भजन लेकर जा जो तेरे दरगाह दे वाली होवन। अजरो साहिब विच उना दी हट्टी दे अगे खजूर दा बूटा है ए निशानी याद रखी। ता भाई सुंदर सिंह अखून साहिब जी नूं सलाम करके अजरो साहिब तुर पिया रस्ते में दिल नाल गल्लां करदा जावे जो भाई सतगुरु बालक सिंह जी तां बहुत वड्डे रोशन उन्हां दा दरबार तां अखून साहब कोलों भी वड्डा गुस्सी क्यों जो अखून साहब अपने कोलों उन्हां नूं वड्डा समझदे हैं मन तां ही तां मैनूं उन्हां कोल भेजिया है ने बड़े गदेले लगे हुए हो सन ते चवड़ा हो रही हो सन इस तरह दियां गिरतियां गिरदा होया। दूजे दिन दोपहर तो पिछों हजरो साहिब जा पहुंचया खजूर वाले बूटे दी हट्टी पुछदा पुछदा श्री सतगुरु जी दी हट्टी दे सामने जा पहुंचा। अगे जो जी सतगुरु ने एक और ही जोज वरसा छड़िया है सी उंज तां हट्टी भाई मना सिंह नू दे छड़ी है सी पर उस दिन एक सामी भाई मना सिंह दी आई ते उसे रुपए देने दिते ते व्याज विचों
दो पैसे वो छुड़ावे। पर श्री सतगुरु जी आखण असी नहीं छोड़ने। भाई मना सिंह ने भी आख्या जो गरीब निवाज जी दो पैसों की की गल है, छोड़ दो ते दो पैसे भी व्याज विचो छुड़ांदा है। पर चो जी सतगुरु ने आख्या असी नहीं छोड़ने। अपनी लिखत वेखे ਇਹ ਕੋਤਕ ਭਾਈ ਸੁੰਦਰ ਸਿੰਘ ਸਾਹਮਣੇ ਵੇਖ ਰਿਹਾ ਹੈ ਸੀ ਤੇ ਵੀ ਵੇਖ ਰਿਹਾ ਹੈ ਸੀ ਜੋ ਜਿਹੜਾ ਆਉਂਦਾ ਹੈ ਮੱਥਾ ਸ੍ਰੀ ਸਤਿਗੁਰੂ ਜੀ ਅੱਗੇ ਟੇਕਦਾ ਹੈ। ਪਰ ਸ੍ਰੀ ਸਤਿਗੁਰੂ ਜੀ ਦੇ ਚੋਜ ਅੱਗੇ ਟਿਕ ਨਾ ਸਕਿਆ ਤੇ ਦਿਲ ਵਿੱਚ ਆਖਣ ਲੱਗਾ ਜੋ ਇਹਨਾਂ ਦੇ ਦਿਲ ਵਿੱਚ दया ता है ही नहीं, दो पैसे व्याज विचों भी नहीं छोड़ सकते। आया ता भले लई ऐसी जो जाकर बंधन कटवासा, पर उल्टी दिल विच गिलानी आंदी उस ते होर बंधन पै गए। बड़ी भारी विख पै गई ਤਾਂ ਦਿਲ ਵਿੱਚ ਗਿਣਤੀਆਂ ਗਿਣਦਾ ਹੋਇਆ ਉੱਥੋਂ ਟੁਰ ਪਿਆ ਤੇ ਫੇਰ ਜਿਹੜਾ ਖੂਨ ਸਾਹਿਬ ਕੋਲ ਪਹੁੰਚਿਆ ਤਾਂ ਗੋਰ ਖੂਨ ਸਾਹਿਬ ਨੇ ਆਖਿਆ ਜੋ ਆ ਭਾਈ ਸੁੰਦਰ ਸਿੰਘ ਆ ਗਿਆ ਹੈ ਤਾਂ ਉਸ ਆਖਿਆ ਜੋ ਜੀ ਕੀ ਆਇਆ ਹਾਂ ਤੁਸੀਂ ਐਵੇਂ ਟਾਲਦੇ ਹੋ। ਤਾਂ ਖੂਨ ਸਾਹਿਬ ਨੇ ਆਖਿਆ ਭਾਈ ਸੁੰਦਰ ਸਿੰਘ ਕੁਝ ਦੱਸਾਂ ਸਹੀ ਜੋ ਕੀ ਗੱਲ ਹੈ। ਤਾਂ ਭਾਈ ਸੁੰਦਰ ਸਿੰਘ ਨੇ ਆਖਿਆ ਜੋ ਜੀ ਮੈਂ ਗ੍ਰੰਥ ਸਾਹਿਬ ਪਹੁੰਚਿਆ ਤੇ ਮੈਂ ਵੇਖਿਆ ਜੋ ਸਤਿਗੁਰੂ ਬਾਲਕ ਸਿੰਘ ਜੀ ਜੋ ਮੈਂ ਆਖਿਆ ਜੋ ਸਤਿਗੁਰ ਬਾਲਕ ਸਿੰਘ ਜੀ ਵੱਡੇ ਵੱਡੇ ਗਦੇਲੇ ਲਾ ਕੇ ਬੈਠੇ ਹੋ ਸਨ ਤੇ ਉੱਪਰ ਚਮਰਾਂ ਪਈਆਂ ਝੁਲਦੀਆਂ ਹੋ ਸਨ ਤੇ ਮੈਂ ਜਾ ਕਰ ਕੁਝ ਹੋਰ ਹੀ ਕੋਤਕ ਦਿੱਤਾ ਹੈ ਜੋ ਇੱਕ ਛੋਟੀ ਜਿਹੀ ਹੱਟੀ ਵਿੱਚ ਬੈਠੇ ਹੋਏ ਹੈ ਮਨ ਤੇ ਇੱਕ ਆਦਮੀ ਵਿਆਜ ਵਿੱਚੋਂ ਦੋ ਪੈਸੇ ਛੁਡਵਾਉਂਦਾ ਹੈ ਸੀ ਪਰ ਉਹ ਨਹੀਂ ਛੋੜਦੇ ਹੈ ਸਨ। ਦਇਆ ਦੀ ਰੱਸੀ ਤਾਂ ਉਹਨਾਂ ਵਿੱਚ ਹੈ ਹੀ ਨਹੀਂ ਜੋ ਦੋ ਪੈਸੇ ਕੀਤੀ ਜਾਵਣ। ਇਹ ਗੱਲ ਸੁਣ ਕੇ ਅਖੂਨ ਸਾਹਿਬ ਦੀਆਂ ਅੱਖਾਂ ਵਿੱਚੋਂ ਪਾਣੀ ਵਗ ਤੁਰਿਆ ਤੇ ਆਖਿਆ ਸੁੰਦਰ ਸਿੰਘਾ ਤੂੰ ਬੜੇ ਘਾਟੇ ਵਾਲਾ ਸੌਦਾ ਖਰੀਦ ਕਰ ਲਿਆ ਯਾਰ। ਗਿਆ ਤਾਂ ਨੱਪੇ ਲਈ ਐਸੇ ਜੋ ਮਨੁੱਖਾ ਜਨਮ ਸਵਰ ਜਾਵੇ ਪਰ ਤੂੰ ਉਲਟਾ ਮੂਲ ਵੀ ਗਵਾਏ ਆਇਆ ਹੈ। ਇਸ ਵਿੱਚ ਦਇਆ ਦਾ ਕੀ ਪ੍ਰਯੋਜਨ ਹੈ? ਇੱਕ ਆਦਮੀ ਦੀ ਮਰਜ਼ੀ ਹੈ ਆਪਣੀ ਚੀਜ਼ ਕਿਸੇ ਨੂੰ ਛੋੜੇ ਜਾਂ ਨਾ ਛੋੜੇ। ਜਦ ਉਹ ਕਿਸੇ ਪਾਸੋਂ ਪੂਜਾ ਦਾ ਤਾਣ ਨਹੀਂ ਲੈਂਦੇ ਤਾਂ ਆਪਣੀ ਕੀਤੀ ਹੋਈ ਦਸਾਂ ਨੋਆਂ ਦੀ ਕਿਰਤ ਕਿਸੇ ਵੱਲ ਕਿਉਂ ਛੋੜਨ? ਕੋਈ ਕਿਸੇ ਕੋਲੋਂ ਉਹ ਭੁਲੇਖਾ ਮਾਰ ਕੇ ਥੋੜਾ ਹੀ ਲੈਂਦੇ ਆਵਣ। ਤੂੰ ਬੜੀ ਭਾਰੀ ਭੁੱਲ ਕੀਤੀ ਹੈ। ਜਦ ਇਹ ਗੱਲਾਂ ਭਾਈ ਸੁੰਦਰ ਸਿੰਘ ਨੇ ਅਖੂਨ ਸਾਹਿਬ ਦੀਆਂ ਸੁਣੀਆਂ ਤਾਂ ਦਿਲ ਵਿੱਚ ਕੁਝ ਪਿਛੇਮਾਨੀ ਜਿਹੀ ਆਈ ਤਾਂ ਮਨ ਨੇ ਗਿਣਤੀਆਂ ਗਿਣਨੀਆਂ ਸ਼ੁਰੂ ਕਰ ਦਿੱਤੀਆਂ ਤੇ ਅਖੂਨ ਸਾਹਿਬ ਨੂੰ ਸਲਾਮ ਕਰਕੇ ਫਿਰ ਅਜੋ ਸਾਹਿਬ ਵੱਲ ਤੁਰ ਪਿਆ। ਲੋੜ ਡਾਢੀ ਚੀਜ਼ ਹੈ ਤੇ ਮਨ ਵੀ ਬੜਾ ਸਿਆਣਾ ਹੈ, ਇਹ ਟਿਕਾ ਹੋਣ ਨਹੀਂ ਦਿੰਦਾ। ਤੇ ਸ੍ਰੀ ਸਤਿਗੁਰੂ ਜੀ ਦੇ ਵੀ ਅਪਾਰ ਚਰਿੱਤਰ ਹਨ, ਕੋਈ ਲੱਖ ਨਹੀਂ ਸਕਦਾ। ਸੋ ਅੱਗੇ ਸ੍ਰੀ ਸਤਿਗੁਰੂ ਜੀ ਨੇ
ਕੋਈ ਕੋਤਕ ਰਚਿਆ ਹੋਇਆ ਹੋਇਆ ਸੀ ਜੋ ਜਿਸ ਵੇਲੇ ਭਾਈ ਸੁੰਦਰ ਸਿੰਘ ਅਧਰੋਹ ਸਾਹਿਬ ਪਹੁੰਚਿਆ ਤੇ ਹੱਟੀ ਦੇ ਸਾਹਮਣੇ ਗਿਆ ਤਾਂ ਅੱਗੇ ਖੂਹ ਤੋਂ ਮਲਿਆਰ ਆਇਆ ਹੋਇਆ ਹੈ ਸੀ ਤੇ ਸ੍ਰੀ ਸਾਧੂ ਜੀ ਉਸਤੇ ਘੋੜ ਕਰ ਰਿਹਾ ਸਨ ਤੇ ਉਹ ਅੱਗੋਂ ਹੱਥ ਬੰਨ ਕੇ ਆਖ ਰਿਹਾ ਹੈ ਸੀ ਜੋ ਜੀ ਮੇਰੇ ਕੋਲੋਂ ਭੁੱਲ ਹੋ ਗਈ ਹੈ ਜੀ ਜੋ ਮੈਂ ਬਿਨਾਂ ਆਪਦੀ ਆਗਿਆ ਦੇ ਫਸਲ ਕੱਢ ਦਿੱਤਾ ਹੈ ਪਰ ਸ੍ਰੀ ਸਤਿਗੁਰ ਜੀ ਉਸਤੇ ਕੋਲ ਕਰੀ ਜਾਂਦੇ ਹੈ ਸਨ ਤੇ ਆਖਦੇ ਹੈ ਸਨ ਜੋ ਤੈਨੂੰ ਨਹੀਂ ਰੱਖਣਾ ਇਹ ਗੱਲ ਭਾਈ ਸੁੰਦਰ ਸਿੰਘ ਸਾਹਮਣੇ ਵੇਖ ਰਿਹਾ ਹੈ ਸੀ ਤੇ ਮਨ ਨਾਲ ਗੱਲਾਂ ਕਰ ਰਿਹਾ ਹੈ ਸੀ ਜੋ ਲੋਕ ਆਖਦੇ ਆਵਣ ਜੋ ਸਤਿਗੁਰੂ ਬਖਸ਼ਿਸ਼ ਦੇ ਦਾਤੇ ਆਵਣ ਤੇ ਇਹ ਤਾਂ ਇਸ ਮਲਿਆਰ ਦੀ ਭੁੱਲ ਵੀ ਮਾਫ ਨਹੀਂ ਕਰਦੇ ਮਲਿਆਰ ਕਿਤਨੀਆਂ ਮਿੰਨਤਾਂ ਕਰ ਰਿਹਾ ਹੈ ਤਰਲੇ ਕੱਢ ਰਿਹਾ ਹੈ ਸਤਿਗੁਰ ਜੀ ਦਾ ਸੁਭਾਅ ਤਾਂ ਨਰਮ ਹੋਣਾ ਲੋੜ ਹੈ ਪਰ ਇਹਨਾਂ ਦਾ ਸੁਭਾਅ ਤਾਂ ਬਹੁਤ ਸਖਤ ਹੈ ਕੋਲ ਤਾਂ ਇਹਨਾਂ ਦੀ ਲਹਿੰਦੀ ਹੀ ਨਹੀਂ ਇਹੋ ਜਿਹੀਆਂ ਗੱਲਾਂ ਦਿਲ ਨਾਲ ਕਰਦਾ ਹੋਇਆ ਮਨ ਨੇ ਫੇਰ ਐਸੀ ਗਿਲਾਨੀ ਖਾਧੀ ਜੋ ਮੁੜ ਕੇ ਮੂੰਹ ਦਾ ਢੱਠਾ ਤੇ ਜ਼ਿਆਰਤ ਦਾ ਰਸਤਾ ਲਿੱਤਾ ਤਾਂ ਰਸਤੇ ਵਿੱਚ ਆਪਣੇ ਦਿਲ ਨਾਲ ਗੱਲਾਂ ਕਰਦਾ ਜਾਵੇ ਜੋ ਅਖੋਨ ਸਾਹਿਬ ਨੇ ਮੇਰੇ ਨਾਲ ਹਾਸੀ ਕੀਤੀ ਹੈ ਜਿਹੜਾ ਮੁਸਲਮਾਨ ਆਉਂਦਾ ਹੈ ਉਸ ਮੁਰੀਦ ਬਣਾਈ ਜਾਂਦੇ ਆਵਣ ਤੇ ਮੈਨੂੰ ਹਿੰਦੂ ਸਮਝ ਕੇ ਮੇਰੇ ਨਾਲ ਹਾਸਾ ਉਡਾਇਆ ਹੈ ਨੇ ਪਰ ਅੱਛਾ ਮੈਂ ਵੀ ਉਹਨਾਂ ਕੋਲ ਜਾਂਦਾ ਹਾਂ ਛੋੜਦਾ ਮੈਂ ਵੀ ਨਹੀਂ ਕਿਤਨਾ ਕੁਝ ਆਸਾ ਕਰ ਸਨ ਸੋ ਤੀਜੇ ਦਿਨ ਭਾਈ ਸੁੰਦਰ ਸਿੰਘ ਜੀ ਜ਼ਿਆਦਾ ਖੂਨ ਸਾਹਿਬ ਕੋਲ ਜਾ ਪਹੁੰਚਾ ਤੇ ਜਾਏ ਸਲਾਮ ਆਖੀ ਤਾਂ ਖੂਨ ਸਾਹਿਬ ਨੇ ਪੁੱਛਿਆ ਜੋ ਭਾਈ ਸੁੰਦਰ ਸਿੰਘ ਆ ਦੇ ਅਜੋ ਸਾਹਿਬ ਦੀਆਂ ਖਬਰਾਂ ਤਾਂ ਭਾਈ ਸੁੰਦਰ ਸਿੰਘ ਨੇ ਆਖਿਆ ਜੀ ਹੁਣ ਆਸਾ ਬਸ ਕਰੋ ਮੈਂ ਬਥੇਰਾ ਰਬੜਿਆ ਹਾਂ ਜਿਹੜਾ ਮੁਸਲਮਾਨ ਆਉਂਦਾ ਹੈ ਉਸਨੂੰ ਤੁਸੀਂ ਮੁਰੀਦ ਬਣਾਈ ਜਾਂਦੇ ਹੋ ਤੇ ਮੈਨੂੰ ਉੱਥੇ ਭੇਜਦੇ ਹੋ ਜਿੱਥੇ ਅੱਗੇ ਕੋਲ ਹੀ ਕੋਲ ਹੈ ਵੇ ਤਾਂ ਖੋਨ ਸਾਹਿਬ ਨੇ ਆਖਿਆ ਭਾਈ ਤੂੰ ਬੜਾ ਹੀ ਅਭਾਗਾ ਹੈ ਜੋ ਦਰਿਆ ਤੇ ਜਾ ਕਰ ਖਾਲੀ ਮੂੜ ਆਉਂਦਾ ਹੈ ਤੇ ਪਾਣੀ ਨਹੀਂ ਪੀ ਸਕਦਾ ਤੂੰ ਗੱਲ ਤਾਂ ਦੱਸ ਜੋ ਕੀ ਗੱਲ ਹੋਈ ਤਾਂ ਭਾਈ ਸੁੰਦਰ ਸਿੰਘ ਨੇ ਆਖਿਆ ਜੋ ਜੀ ਗੱਲ ਤਾਂ ਕੋਈ ਨਹੀਂ ਹੋਈ ਮੈਂ ਹੱਟੀ ਦੇ ਸਾਹਮਣੇ ਅੱਗੇ ਵਾਂਗਣ ਜਾ ਕਰ ਖਲੋ ਰਿਹਾ ਤਾਂ ਮੈਂ ਕੀ ਵੇਖਦਾ ਹਾਂ ਜੋ ਇੱਕ ਮਲਿਆਰ ਜਿਹੜਾ ਉਹਨਾਂ ਦੇ ਖੂਹ ਤੇ ਕੰਮ ਕਰਦਾ ਹੈ ਸੀ ਆਇਆ ਤਾਂ ਸ੍ਰੀ ਸਤਿਗੁਰ ਜੀ ਨੇ ਉਸਨੂੰ ਬੜੀ ਤਾੜਨਾ ਦਿੱਤੀ ਜੋ ਤੁਧ ਫਸਲ ਸਾਡੇ ਪੁੱਛੇ ਬਿਨਾਂ ਕਿਉਂ ਕੱਟਿਆ ਹੈ ਤੇ ਉਹ ਤਰਲੇ ਕੱਢ ਰਿਹਾ ਹੈ ਸੀ ਤੇ ਮਿੰਨਤਾਂ ਕਰ ਰਿਹਾ ਹੈ ਸੀ ਜੋ ਇਹ ਪੂਰੀ ਮੇਰੀ ਮਾਫ ਕਰੋ ਤੇ ਅੱਗੋਂ ਸ੍ਰੀ ਸਤਿਗੁਰ ਜੀ ਮਾਫ਼ੀ ਨਹੀਂ ਦਿੰਦੇ ਹੈ ਸਨ ਤੇ ਆਖਦੇ ਹੈ ਸਨ ਜੋ ਅਸਾਂ ਤੈਨੂੰ ਨਹੀਂ ਰੱਖਣਾ ਤੇ ਕੱਢ ਦੇਣਾ ਹੈ ਜੋ ਤੂੰ ਗੱਲ ਨਹੀਂ ਮੰਨਦਾ ਤਾਂ ਖੂਨ ਸਾਹਿਬ ਨੇ ਆਖਿਆ ਭਾਈ ਸੁੰਦਰ ਸਿੰਘ ਜੀ ਮੈਨੂੰ ਤੂੰ ਸਾਡੇ ਤੇ ਤਰਸ ਆਉਂਦਾ ਹੈ ਜੋ ਤੂੰ ਦਾਤੇ ਸਤਿਗੁਰ ਜੀ ਦੀ ਸ਼ਰਨੀ ਜਾ ਕਰ ਖਾਲੀ ਮੂੜ ਆਇਆ ਹੈ
एक बारी भी नहीं दो बारी तेरे मन नू जंगाल लगा होया है ओ लवे तां दर्शन होवन एक केड़ी बुरी गल है जो कोई कम आदमी अपने मालक दे हुकम दे उलट करदा है ते मालक उसको आखदा है जो तू मेरी मर्जी अनुसार काम नहीं करदा मैं तेनू कट देना है चाहे वो तरले ही लहंदा होवे तां इस विच केड़ी माड़ी गल है ते की पता है जो मालक दे दिल ते मेर आ जावे तां उस दियां भुलां माफ कर देवे सतगुरु भगत सिंह साहेब आपकी भी सदाई है मालक उसनु आखदा है जो तू मेरी मर्जी अनुसार काम नहीं करदा मैं तेनू कट देना है चाहे वो तरले ही लहंदा होवे तां इस विच केड़ी माड़ी गल है ते की पता जो है की पता है जो मालक दे दिल ते मेर आ जावे तां उस दियां भुलां माफ कर देवे पर वड्डी भुल तां तुद कीती है जो अपने मालक कोल गया ते जावना ता आजिज बन के ऐसी मंगता बन के ते तू उल्टी मालक ते ज्ञानिक गिलानी कर आया है तेनू तां कोई जगह ना चंसी बाकी तुद आख्या है जो तुसा मेरे नाल हासी कीती है सो मैनू हासी करन दी की लोड़ है सी तुद मांगी ऐसी मंगी है जो बिना श्री सतगुर बालक सिंह जी दे द्वारे तो होर कितों पूरी ही नहीं हो संतान सतगुरु बालक सिंह साहेब आपकी भी सदाई है संतान सतगुरु सेवा राम साहेब आपकी भी सदाई है तू मालक कोई गया ते जावना ता आजिज बन के ऐसी मंगता बन के ते तू उल्टी मालक ते गिलानी कर आया है तेनू तां कोई जगह ना चलसी बाकी तुद आख्या है जो तुसा मेरे नाल हासी कीती है सो मैनू हासी करन दी की लोड़ ऐसी तुद मांगी ऐसी मंगी है जो बिना श्री सतगुर बालक सिंह जी दे द्वारे तो होर कितों पूरी ही नहीं हो सकती एक गल सुन के भाई सुंदर सिंह डर गया ते दिल ते कोई सट अजे ही वजी ते कंबिया पछतावे ने आन डेरा पाया पर मुंह विचों कुछ बोल ना सकिया ता खून साहिब ने वखरा करके आख्या भाई तू तो आखदा है जो मैं तेरे नाल हासा कीता है ते मैं आप जिस वेले सिजदा करदा तां सामने तस्वीर श्री सतगुरु बालक सिंह जी दी रखदा हां क्योंकि दरगाह दा वाली श्री सतगुरु बालक सिंह जी है जेकर मैं मुसलमानी शरे कोलों ना डरां ता एक कड़ी भी उन्हां दे दर्शन बिना ना रवां आ जरा मेरियां अखियां नाल वेख जो सतगुरु बालक सिंह जी दो जान दे मालक हैवन या नहीं आ जरा मेरियां अखियां नाल वेख जो सतगुरु बालक सिंह जी दो जान दे मालक है मन या नहीं
ਤੇ ਜਦ ਖੂਨ ਸਾਹਿਬ ਨੇ ਭਾਈ ਸੁੰਦਰ ਸਿੰਘ ਦੇ ਸਿਰ ਤੇ ਹੱਥ ਰੱਖਿਆ ਤਾਂ ਭਾਈ ਸੁੰਦਰ ਸਿੰਘ ਕੀ ਵੇਖੇ ਜੋ ਜਿਹੜੇ ਦੋ ਪੈਸਿਆਂ ਪਿੱਛੇ ਝਗੜ ਰਹੇ ਸਨ ਜਿਹੜੇ ਮਲਿਆਰ ਤੇ ਖੋੜ ਕਰ ਰਹੇ ਸਨ ਸੱਚਮੁੱਚ ਰੱਬ ਦੀ ਦਰਗਾਹ ਵਿੱਚ ਉਹਨਾਂ ਦਾ ਹੀ ਹੁਕਮ ਹੈ। ਹੁਣ ਭਾਈ ਸੁੰਦਰ ਸਿੰਘ ਨੂੰ ਸਮਝ ਆਈ ਜੋ ਸੱਚਮੁੱਚ ਨਿਰੰਕਾਰ ਅਸਾਂ ਪਾਪੀਆਂ ਦੀ ਖਾਤਰ ਮਨੁੱਖ ਜਾਮੇ ਵਿੱਚ ਜੀਵਾਂ ਦੇ ਉਦਾਰ ਲਈ ਆਇਆ ਹੈ। ਧੰਨ ਧੰਨ ਸਤਿਗੁਰੂ ਬਾਲਕ ਸਿੰਘ ਸਾਹਿਬ ਆਪ ਜੀ ਦੀ ਸਦਾਈ ਜੈ। ਧੰਨ ਧੰਨ ਸਤਿਗੁਰੂ ਸੇਵਾ ਰਾਮ ਸਾਹਿਬ ਆਪ ਜੀ ਦੀ ਸਦਾਈ ਜੈ। ਕੋੜ ਕਰ ਰਹੇ ਹਨ ਸਨ ਸਤਿਮੁੱਚ ਰੱਬ ਦੀ ਦਰਗਾਹ ਵਿੱਚ ਉਹਨਾਂ ਦਾ ਹੀ ਹੁਕਮ ਹੈ। ਹੁਣ ਭਾਈ ਸੁੰਦਰ ਸਿੰਘ ਨੂੰ ਸਮਝ ਆਈ ਜੋ ਸੱਚਮੁੱਚ ਨਿਰੰਕਾਰ ਅਸਾਂ ਪਾਪੀਆਂ ਦੀ ਖਾਤਰ ਮਨੁੱਖ ਜਾਮੇ ਵਿੱਚ ਜੀਵਾਂ ਦੇ ਉਧਾਰ ਲਈ ਆਇਆ ਹੈ। ਪਰ ਕਬੀਰ ਸਾਹਿਬ ਜੀ ਨੇ ਵੀ ਸੱਚ ਲਿਖਿਆ ਹੈ ਸਲੋਕ ਹਰ ਹੈ ਖੰਡ ਰੇਤ ਮੈਂ ਬਿਖਰੀ ਹਾਥੀ ਚੁਣੀ ਨਾ ਜਾਏ ਕਹਿ ਕਬੀਰ ਗੁਰ ਪਲੀ ਬੁਝਾਈ ਕੀਤੀ ਹੋਏ ਕਹਿ ਖਾਏ। ਸੋ ਮੇਰਾ ਮਨ ਹਾਥੀ ਹੈ ਸੀ ਸਿਆਣਪ ਨੇ ਤੇ ਜਿਹੜੀ ਬੁੱਧੀ ਸ੍ਰੀ ਸਤਿਗੁਰੂ ਜੀ ਕੋਲੋਂ ਵਿਛੋੜਾ ਪਾਉਣ ਵਾਲੀ ਹੈ ਸੀ ਉਹ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਦੀ ਕਰਨ ਨਾ ਜਾਣ ਦਿੱਤਾ ਤੇ ਮੈਂ ਵੱਡਾ ਭਾਰਾ ਪਾਪੀ ਹਾਂ ਜੋ ਜਿਸ ਮਾਲਕ ਨੇ ਮੈਨੂੰ ਪੈਦਾ ਕੀਤਾ ਹੈ ਜਿਸ ਦੇ ਬਖਸ਼ੇ ਹੋਏ ਸੁੱਖ ਮਿਲੇ ਐਵਨ ਮੈਂ ਉਹਨਾਂ ਤੇ ਗਿਲਾਨੀ ਕੀਤੀ ਹੈ ਕਿ ਇੱਕ ਵਾਰੀ ਨਹੀਂ ਦੋ ਵਾਰੀ ਗਿਆ ਤੇ ਖਾਲੀ ਮੁੜ ਆਇਆ ਹਾਂ ਕਿ ਮੇਰੇ ਮਨ ਚੰਚਲ ਤੁਦ ਮੈਨੂੰ ਵੱਡਾ ਵਿਛੋੜਾ ਪਾਇਆ ਹੈ ਤੁਦ ਮੈਨੂੰ ਬੜਾ ਵਿਛੋੜਾ ਪਾਇਆ ਹੈ। ਅਖੋਂਦ ਸਾਹਿਬ ਜੀ ਸੱਚੇ ਹੈ ਸਨ ਇਹਨਾਂ ਮੈਨੂੰ ਸੱਚ ਦਾ ਰਸਤਾ ਦੱਸਿਆ ਹੀ ਨਹੀਂ ਦੱਸਿਆ ਬਲਕਿ ਸੱਚ ਕੋਲ ਭੇਜਿਆ ਇਹਨਾਂ ਮੈਨੂੰ ਸੱਚ ਦਾ ਰਸਤਾ ਦੱਸਿਆ ਰਸਤਾ ਹੀ ਨਹੀਂ ਦੱਸਿਆ ਬਲਕਿ ਸੱਚ ਕੋਲ ਭੇਜਿਆ। ਪਰ ਜਿਸ ਤਰ੍ਹਾਂ ਪੇਲੀ ਦੇ ਮੂੰਹ ਵਿੱਚ ਲਿਦ ਦੱਪੀ ਹੋਈ ਹੋਵੇ ਤੇ ਮਿਸਰੀ ਦੇ ਪਹਾੜ ਤੋਂ ਫਿਰ ਆਵੇ ਉਹ ਆਖੇ ਜੋ ਮਿਸਰੀ ਹੀ ਮਿੱਠੀ ਨਹੀਂ ਤਾਂ ਇਹ ਉਸ ਪੇਲੀ ਦੀ ਆਪਣੀ ਭੁੱਲ ਹੈ ਕਿਉਂ ਜੋ ਲਿਦ ਮੂੰਹ ਵਿੱਚ ਸੱਟੇ ਤਾਂ ਮਿਸਰੀ ਦੀ ਮਿਠਾਸ ਦਾ ਸਵਾਦ ਲਵੇ। ਇਸੇ ਤਰ੍ਹਾਂ ਸਿਆਣਪ ਰੂਪੀ ਕੂੜ ਰੂਪੀ ਲਿਦ ਮੈਂ ਮੂੰਹ ਵਿੱਚ ਆਪਣੇ ਹਿਰਦੇ ਵਿੱਚ ਰੱਖੀ ਹੋਈ ਹੈ ਸੀ ਤੇ ਸ੍ਰੀ ਸਤਿਗੁਰੂ ਜੀ ਜੋ ਮੇਰੇ ਸੱਚੇ ਸੱਚ ਹੈ ਸਨ ਉਹਨਾਂ ਦੀ ਮੈਂ ਪਛਾਣ ਨਾ ਕਰ ਸਕੀ। ਹੁਣ ਅਖੂਨ ਸਾਹਿਬ ਜੀ ਨੂੰ ਭਾਈ ਸੁੰਦਰ ਸਿੰਘ ਆਖਣ ਲੱਗਾ ਜੋ ਤੂੰ ਸਾਡਾ ਅਹਿਸਾਨ ਮੈਂ ਨਹੀਂ ਲਾ ਸਕਦਾ ਤੇ ਜਿਹੜੀ ਮੈਂ ਮੁੜ ਤੁਸਾਨੂੰ ਤਕਲੀਫ ਦਿੱਤੀ ਹੈ ਮੈਨੂੰ ਆਪਣੇ ਮੁਰਸ਼ਦ ਦੇ ਲਈ ਮਾਫ ਕਰਨਾ। ਤਾਂ ਖੂਨ ਸਾਹਿਬ ਨੇ ਆਖਿਆ ਜਾ ਭਾਈ ਜਿਸ ਜਾਗਦੀ ਜੋਤ ਕੋਲ ਤੂੰ ਜਾ ਰਿਹਾ ਹੈ ਉਹ ਬਖਸ਼ਿਸ਼ ਦਾ ਦਾਤਾ ਹੈ ਜਾ ਹੁਣ ਮੈਂ ਵੀ ਤੁਸਾਨੂੰ ਆਖਦਾ ਹਾਂ ਜੋ ਤੈਨੂੰ ਸੱਚਾ ਸਤਿਗੁਰੂ ਦਰਸ਼ਨ ਦੇ ਸੀ
क्यों जो तू हूं बहुत निमाणा हो चुका है। जिस तरह खून साहिब ने आख्या ता भाई सुंदर सिंह जी दिया चीका निकल गई ते खून साहिब नू सलाम करके फिर हजरों साहब का रस्ता लिता भाई सुंदर सिंह नू। हुण दिन रात ठीक बराबर है, राती भी दर्शन दी सिख भी टुरदा गया ते हुण मुड़ के श्री सतगुरु जी का स्वरूप अपनी अखियां अगे रखे ते पश्चाताप करे दिल विच पे आखे जो ये जगत दे साईं मैं आपदा कीता होया जंग आप नूं संसारी जीवां वांगण वेख्या है मैनू की पता है सी जो सतगुरु जी ए तेरे चोज है सन तू संसार विच छप के रहिंदा है पर तंग लड़ले अमन जेड़े तेरी पछाण कर लैंदे अमन। इसी तरह दिल विच कीरने कटदा होया ते अपने आप नूं लांता पांदा होया दूजे दिन सवेले ही खजरों साहिब विच पहुंच गया। पता कीता ਤਾਂ ਲੋਕਾਂ ਦੱਸਿਆ ਜੋ ਹੀ ਸ੍ਰੀ ਸਤਿਗੁਰੂ ਜੀ ਬਾਰਾਂ ਦਰੀ ਵਿੱਚ ਗਏ ਹਨ ਉੱਥੇ ਕਥਾ ਕਰਸਨ ਤਾਂ ਭਾਈ ਸੁੰਦਰ ਸਿੰਘ ਬਾਰਾਂ ਦਰੀ ਵੱਲ ਚਲਾ ਗਿਆ। ਅੱਗੇ ਕੀ ਵੇਖੇ ਜੋ ਸੰਤਾਂ ਨਾਲ ਸਾਰੀ ਜਗ੍ਹਾ ਭਰਪੂਰ ਹੋਈ ਹੋਈ ਹੈ ਤੇ ਸ੍ਰੀ ਸਤਿਗੁਰੂ ਜੀ ਕਥਾ श्री दरबार साहब जी दी करर लगे हैं और भाई सुंदर सिंह जी पिछे नहीं खलोता ते दूरों ही गाई वे पला पाकर ते रोंदा पिड़दा श्री सतगुरु जी दे चरना वेच जा पहुंचिया ते जाकर बहुत पुकार कीती ते आख्योस जो मैनू ता नरक भी ना चल सन श्री सतगुरु जी सहारा देवन पर भाई सुंदर सिंह को लाट पाई जावे ते चरना तो ना उठे। कुछ चिर लई इस तरह का ठीक अजब ही रंग बज गया पर फिर श्री सतगुरु जी ने हथां नाल अपने चरना तो उठाया ते आख्या भाई तू क्यों इतना विलाप करदा है ते केड़े प्रगड़े विचों आया है ते तेरा नाम की है। ता भाई सुंदर सिंह ने आख्या जो जी मैं मरदान दे प्रगड़े विचों आया वा ते नाम मेरा सुंदर सिंह है। एह गल दस के ते फिर रोमन लग पिया आखे मैं बड़ा अपराधी हां अकेत काना जो श्री सतगुरु जी दे उते गिलानी आंदी है। तां श्री सतगुरु जी ने धीरज दिता ते आख्या सिखा तू चिंता ना कर सतगुरु बख्शिश दा दाता है सारी गल संगत विच उठ कर सुना दे। तब भाई सुंदर सिंह ने उठ कर सारी गल गल विच पला पाए कर श्री सतगुरु जी दी हजूरी विच संगत नूं सुनाई। जिस तरह खून साहब कोल गया अगो जिस तरह दी मंग मंगी ते फिर खून साहब ने श्री सतगुरु जी दा पता लावना ते दो वारी फिर मैं गिलानी करके ज्यारता खून साहब को गया ता फिर खून साहब दा आखना छो मेरिया आखियां नाल वेख ते खून साहब दा सिर ते हाथ रखना ते वार देवना
ਜੋ ਤੈਨੂੰ ਸ੍ਰੀ ਸਤਿਗੁਰ ਜੀ ਦਰਸ਼ਨ ਦੇਵ ਸਨ। ਜਦ ਸਾਰੀ ਗੱਲ ਸੰਗਤ ਵਿੱਚ ਭਾਈ ਸੁੰਦਰ ਸਿੰਘ ਜੀ ਨੇ ਸੁਣਾਈ ਤਾਂ ਸਾਰੀ ਸੰਗਤ ਸੁਣ ਕਰ ਹੈਰਾਨ ਹੋ ਗਈ ਤੇ ਵਾਹ ਵਾਹ ਕਰ ਉੱਠੀ। ਆਖਣ ਲੱਗੀ ਜੋ ਜਿੱਥੇ ਸ੍ਰੀ ਸਤਿਗੁਰ ਜੀ ਆਪਣੀ ਕਲਾ ਚਾਰ ਰੱਖਣ ਅਖੋਨ ਸਾਹਿਬ ਨੂੰ ਸਤਿਗੁਰ ਜੀ ਨੇ ਉੱਚੀ ਨਜ਼ਰ ਬਖਸ਼ੀ ਹੈ। ਜਿਸ ਵੇਲੇ ਭਾਈ ਸੁੰਦਰ ਸਿੰਘ ਜੀ ਨੇ ਸਾਰੀ ਗੱਲ ਸੁਣਾਈ ਤੇ ਫਿਰ ਕੜਾਮ ਕਰਦਾ ਸ੍ਰੀ ਸਤਿਗੁਰ ਜੀ ਦੇ ਚਰਨਾਂ ਤੇ ਢੱਠਾ, ਜੋ ਮੈਨੂੰ ਬਖਸ਼ ਲੈ ਬਖਸ਼ ਲੈ। ਹੁਣ ਤਾਂ ਸਾਰੀ ਸੰਗਤ ਦਾ ਵੈਰਾਗ ਛੁੱਟ ਗਿਆ ਤੇ ਬਹੁਤੇ ਆਪਣੇ ਦਿਲਾਂ ਵਿੱਚ ਆਖਣ ਲੱਗੇ ਜੋ ਧੰਨ ਭਾਈ ਸੁੰਦਰ ਸਿੰਘ ਹੈ ਜੋ ਦੋ ਵਾਰੀ ਗਿਲਾਨੀ ਕੀਤੀ ਤੇ ਸਾਰੀ ਸੰਗਤ ਵਿੱਚ ਸਾਹਮਣੇ ਕਰ ਦਿੱਤੀ ਤੇ ਹੁਣ ਰੋ ਰੋ ਕਰ ਆਪਣਾ ਪਾਪ ਬਖਸ਼ਵਾ ਰਿਹਾ ਹੈ। ਪਰ ਅਸੀਂ ਦਿਲ ਵਿੱਚ ਕਈ ਵਾਰੀ ਗਿਲਾਨੀਆਂ ਕਰਦੀਆਂ ਹਾਂ ਤੇ ਉਲਟਾ ਆਪਣੇ ਆਪ ਤੇ ਪੜਦਾ ਪਾਉਂਦੇ ਹਾਂ। ਸ੍ਰੀ ਸਤਿਗੁਰ ਜੀ ਨੇ ਭਾਈ ਸੁੰਦਰ ਸਿੰਘ ਜੀ ਨੂੰ ਧੀਰਜ ਦਿੱਤਾ ਤੇ ਆਖਿਆ ਭਾਈ ਤੂੰ ਬਖਸ਼ਿਆ ਗਿਆ ਹੈ ਕਿਉਂਕਿ ਸਾਰੀ ਸੰਗਤ ਤੇ ਸ੍ਰੀ ਸਤਿਗੁਰ ਜੀ ਦੀ ਹਜ਼ੂਰੀ ਵਿੱਚ ਜੋ ਕੋਈ ਤੇਰੇ ਵਸਿਆ ਹੈ ਤੂੰ ਸੱਚੋ ਸੱਚ ਦੱਸ ਦਿੱਤਾ ਹੈ। ਤਾਂ ਭਾਈ ਸੁੰਦਰ ਸਿੰਘ ਨੇ ਬੇਨਤੀ ਕੀਤੀ ਜੋ ਸੱਚੇ ਪਾਤਸ਼ਾਹ ਜੀ ਨਾਮ ਦੀ ਦਾਤ ਕਰੋ ਜੀ। ਤਾਂ ਸ੍ਰੀ ਸਤਿਗੁਰੂ ਜੀ ਨੇ ਰੇਹਣੀਆਂ ਦੱਸ ਕਰ ਭਾਈ ਸੁੰਦਰ ਸਿੰਘ ਜੀ ਨੂੰ ਭਜਨ ਦਿੱਤਾ। ਹੁਣ ਭਾਈ ਸੁੰਦਰ ਸਿੰਘ ਜੀ ਦਾ ਹੋਰ ਹੀ ਰੰਗ ਹੋ ਗਿਆ। ਜਿਹੜਾ ਮਨ ਬਾਹਰ ਵੱਲ ਜਾਂਦਾ ਆਇਆ ਸੀ ਟਿਕਾ ਵੱਲ ਆ ਗਿਆ। ਵੇਲਾ ਬਹੁਤ ਚਿਰ ਹੋ ਗਿਆ। ਇੱਕ ਸ਼ਬਦ ਦੀ ਕਥਾ ਸ੍ਰੀ ਸਤਿਗੁਰ ਜੀ ਨੇ ਕੀਤੀ। ਗੁਜਰੀ ਮਹਿਲਾ ਪੰਜਵਾਂ ਪਤਿਤ ਪਵਿੱਤਰ ਲੀਏ ਕਰ ਆਪਣੇ ਸਗਲ ਕਰਤ ਨਮਸਕਾਰ ਬਰਨ ਜਾਤ ਕੋ ਪੁੱਛ ਨਾਈ ਬਾਚ ਚਰਨ ਰਵਾਰੋ ਠਾਕੁਰ ਸੋ ਨਾਮ ਤੁਮਾਰੋ ਸਗਲ ਸਿਸ਼ਟ ਕੋ ਤਹੀ ਕਹੀ ਜੈ ਜਨ ਕੋ ਅੰਗ ਨਿਹਾਰੋ ਰਾਓ ਸਾਧ ਸੰਗ ਨਾਨਕ ਬੁਧ ਪਾਈ ਹਰ ਕੀਰਤਨ ਆਧਾਰੋ ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ ਮੁਕਤ ਪਇਓ ਚਮਿਆਰੋ। ਤਾਂ ਸ੍ਰੀ ਸਤਿਗੁਰੂ ਜੀ ਨੇ ਦੱਸਿਆ ਜੋ ਜਿਹੜੇ ਸ੍ਰੀ ਸਤਿਗੁਰੂ ਜੀ ਦੀ ਸੰਗਤ ਵਿੱਚ ਪਹੁੰਚੇ ਆਵਨ ਤੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਪਾਪੀਆਂ ਤੋਂ ਪਵਿੱਤਰ ਹੋ ਗਏ ਆਵਨ। ਤਾਂ ਸ੍ਰੀ ਸਤਿਗੁਰੂ ਜੀ ਨੇ ਦੱਸਿਆ ਜੋ ਜਿਹੜੇ ਸ੍ਰੀ ਸਤਿਗੁਰੂ ਜੀ ਦੀ ਸੰਗਤ ਵਿੱਚ ਪਹੁੰਚੇ ਆਵਨ ਤੇ ਜਿਨ੍ਹਾਂ ਨੇ ਨਾਮ ਜਪਿਆ ਹੈ ਉਹ ਪਾਪੀਆਂ ਤੋਂ ਪਵਿੱਤਰ ਹੋ ਗਏ ਆਵਨ। ਖਾਲੀ ਪਵਿੱਤਰ ਹੀ ਨਹੀਂ ਹੋਏ, ਨਾਮ ਜਪਣ ਵਾਲਿਆਂ ਅੱਗੇ ਹੁਣ ਲੋਕ ਮੱਥੇ ਟੇਕਦਾ ਹੈ। ਭਾਈ ਬਿਧੀ ਚੰਦ ਜੀ ਡਾਕੂ ਹੈ ਸਨ ਪਰ ਧੰਨ ਸ੍ਰੀ ਸਤਿਗੁਰ ਅਰਜਨ ਦੇਵ ਜੀ ਹੈ ਮਨ
ਜਿਨ੍ਹਾਂ ਦੀ ਸੰਗਤ ਵਿੱਚ ਪਹੁੰਚੇ ਤੇ ਨਾਮ ਜਪਿਆ। ਅੱਜ ਸਾਰੇ ਆਖਦੇ ਐਵਨ ਜੋ ਧੰਨ ਭਾਈ ਵਿਧੀ ਚਾਂਜੀ ਐਵਨ, ਜਿਨ੍ਹਾਂ ਨੇ ਸ੍ਰੀ ਸਤਿਗੁਰੂ ਜੀ ਦੇ ਵਚਨ ਕਮਾਏ ਤੇ ਸਤਿਗੁਰੂ ਵੱਲੋਂ ਮੂੰਹ ਨਹੀਂ ਮੋੜਿਆ। ਸ੍ਰੀ ਸਤਿਗੁਰੂ ਜੀ ਹੈ, ਸ੍ਰੀ ਸਤਿਗੁਰੂ ਜੀ ਦਾ ਐਸਾ ਨਾਮ ਹੈ ਜੋ ਕਿਸੇ ਵਰਨ ਵਿੱਚ ਹੋਵੇ ਤੇ ਭਜਨ ਕਰੇ ਤੇ ਭਰੋਸਾ ਰੱਖੇ ਤਾਂ ਲੋਕੀ ਉਸਦੀ ਧੂੜੀ ਲੈ ਕਰ ਮੱਥੇ ਤੇ ਲਾਉਂਦੇ ਹਨ। ਸਾਰੀ ਸ੍ਰਿਸ਼ਟੀ ਵਿੱਚ ਉਹ ਵੱਡਾ ਧਨੀ ਕਹਿੰਦਾ ਹੈ, ਕਿਉਂਕਿ ਉਹ ਸਤਿਗੁਰੂ ਜੀ ਦਾ ਹੋ ਰਹਿੰਦਾ ਹੈ ਤੇ ਸ੍ਰੀ ਸਤਿਗੁਰੂ ਜੀ ਉਸਦਾ ਅੰਗ ਕਰਦੇ ਹਨ। ਉਹਨਾਂ ਦਾ ਆਧਾਰ ਸ੍ਰੀ ਸਤਿਗੁਰੂ ਜੀ ਦੇ ਨਾਮ ਦਾ ਹੀ ਹੁੰਦਾ ਹੈ ਤੇ ਉਹ ਆਪਣੀ ਮੱਤ ਤਿਆਗ ਕੇ ਸ੍ਰੀ ਸਤਿਗੁਰੂ ਜੀ ਦੀ ਮੱਤ ਧਾਰਨ ਕਰਦੇ ਹਨ। ਸੋ ਜਿਹੜਾ ਭਜਨ ਕਰੇ, ਨਾਮ ਜਪੇ, ਕਿਸੇ ਦੀ ਜਾਤ ਦਾ ਲਿਹਾਜ ਨਹੀਂ ਆਉਂਦਾ। ਇਹ ਬੁੱਧੀ ਭਗਤ ਨਾਮ ਦੇਓ ਛਿੰਬਾ ਭਗਤ ਤ੍ਰੈਲੋਚਨ ਜੀ, ਬ੍ਰਾਹਮਣ ਤੇ ਭਗਤ ਕਬੀਰ ਜੀ ਜੁਲਾਹਾ ਤੇ ਭਗਤ ਰਵਿਦਾਸ ਜੀ ਚਮਿਆਰ ਨੇ ਸ੍ਰੀ ਸਤਿਗੁਰ ਜੀ ਕੋਲੋਂ ਪਾਈ ਤੇ ਸੰਸਾਰ ਸਾਗਰ ਤੋਂ ਮੁਕਤ ਹੋ ਗਏ। ਕਥਾ ਦੇ ਪਿੱਛੋਂ ਭੋਗ ਪਿਆ ਤੇ ਹੁਣ ਭਾਈ ਸੁੰਦਰ ਸਿੰਘ ਜੀ ਨੂੰ ਕੋਈ ਧਰੋਸ ਆਈ ਜੋ ਸ੍ਰੀ ਸਤਿਗੁਰ ਜੀ ਵੱਡਾ ਦਾਤਾ ਹੈ, ਕੋਈ ਵੱਡੀ ਜਾਤੀ ਦਾ ਤੇ ਨਿਕਲੀ ਜਾਤੀ ਦਾ ਵਿਤਕਰ ਨਹੀਂ ਹੈ, ਕਿਉਂਕਿ ਹੁਣੀ ਸ੍ਰੀ ਸਤਿਗੁਰੂ ਜੀ ਨੇ ਕਥਾ ਵੀ ਦੱਸਿਆ ਹੈ ਕਿ ਛਿੰਬੇ ਜੁਲਾਹੇ ਚਮਿਆਰ ਬ੍ਰਾਹਮਣ ਭਜਨ ਕਰਕੇ ਭਗਤ ਬਣ ਗਏ। ਸੋ ਤਾਂ ਤੇ ਮਨਾ ਤੂੰ ਵੀ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਤੇ ਭਰੋਸਾ ਰੱਖ, ਜੋ ਸਤਿਗੁਰੂ ਵੱਡਾ ਮੇਰਾ ਦਾ ਸਾਈ ਹੈ। ਤਾਂ ਭਾਈ ਸੁੰਦਰ ਸਿੰਘ ਨੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸ੍ਰੀ ਸਤਿਗੁਰੂ ਜੀ ਨੇ ਥਾਪੀ ਦਿੱਤੀ। ਤਾਂ ਭਾਈ ਸੁੰਦਰ ਸਿੰਘ ਜੀ ਦੇ ਕਪਾਟ ਖੁੱਲ ਗਏ ਤੇ ਸ੍ਰੀ ਸਤਿਗੁਰੂ ਜੀ ਤੋਂ ਆਗਿਆ ਲੈ ਕੇ ਆਪਣੇ ਘਰ ਨੂੰ ਗਏ। ਗੁਰੂ ਜੀ ਨੇ ਕਥਾ ਵੀ ਦੱਸਿਆ ਕਿ ਛਿੰਬੇ ਜੁਲਾਹੇ ਚਮਿਆਰ ਬ੍ਰਾਹਮਣ ਭਜਨ ਕਰਕੇ ਭਗਤ ਬਣ ਗਏ। ਸੋ ਤਾਂ ਤੇ ਮਨਾ ਤੂੰ ਵੀ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਤੇ ਭਰੋਸਾ ਰੱਖ, ਜੋ ਸਤਿਗੁਰੂ ਵੱਡਾ ਮੇਰਾ ਦਾ ਸਾਈ ਹੈ। ਤਾਂ ਭਾਈ ਸੁੰਦਰ ਸਿੰਘ ਨੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਸ੍ਰੀ ਸਤਿਗੁਰੂ ਜੀ ਨੇ ਥਾਪੀ ਦਿੱਤੀ। ਤਾਂ ਭਾਈ ਸੁੰਦਰ ਸਿੰਘ ਜੀ ਦੇ ਕਪਾਟ ਖੁੱਲ ਗਏ ਤੇ ਸ੍ਰੀ ਸਤਿਗੁਰੂ ਜੀ ਤੋਂ ਆਗਿਆ ਲੈ ਕਰ ਆਪਣੇ ਘਰ ਨੂੰ ਗਿਆ। ਸਾਖੀ ਪੂਰੀ ਹੋਈ ਮੇਰਾ ਸਤਿਗੁਰੂ ਸਦਕੇ ਜਾਵਾਂ ਦੇ ਅੰਦਰ ਮਾਂ ਤੋਂ ਜਿਨਾ
ਸਾਧੂ ਨੇ ਕੰਨ ਨੇੜੇ ਕੀਤਾ, ਸਾਧੂ ਨਾਲ ਭਜਨ ਦਿੱਤਾ,
संगत जी सीता दूरी पे उठ गई। आखना के चार संगत जी चार तक चारान के वचन करने लगे ने क्या जा ध्यान दे हो सैकड़ों और सैकड़ों नहीं रही इस प्राध्याय को पहल बन गई है। रोज दो बजे चौबे जी जी ब्लॉक
छोड़ो चारो मारे भाई तरी परमा करे इस भाई का छोड़े से खाए जरा नोट पीछे जरा सा दाग नहीं छोटा कर दे रहे थे इस भाई और आज जिसे जो है ये सत्य बात मैं कह रहे सत्य बात जारी बार मुड़े थे अज साहब जी सानू पता ही रह गया कि आने हाँ सफाई सारी होती थी कौन आ गया जो तो टाइम चार बजे तक ही आने देखो आज हम भाई पता कर और भी देख बचन मान के लेकर आता कौन है लेकर आते जी की जमना सही गाड़ी जमादार और सफाई करती सफाई करती पहले सच्चे बादशाह जी आसन लगे जमना नु आपको बाहर गलिया की सफाई कर दी है हम तो सारे पर आ रहे थे मन की सफाई करो ऐसे मेरे साधु सेवा राम पाशाह जी चौकी आई ये
जिनसे पाप ने पशु प्रेत मुगर्द को उतारे पायल पार उतारे नानक दास तेरी शरण आई